ਪਰਮ ਸਤਿਕਾਰਯੋਗ ਡਾਕਟਰ ਗੁਰਬਚਨ ਜੀ, ਡਾਕਟਰ ਸੁਰਜੀਤ ਸਿੰਘ, ਡਾਕਟਰ ਜਸਵਿੰਦਰ ਸੈਣੀ ਜੀ, ਬਹੁਤ ਹੀ ਸੀਨੀਅਰ ਪੰਜਾਬੀ ਅਤੇ ਬਾਕੀ ਵਿਭਾਗਾਂ ਦੇ ਅਧਿਆਪਕ ਸਾਥੀਓ, ਅਧਿਆਪਕ ਸਾਥੀ ਜੋ ਜਾਣਦੇ ਨੇ ਅਤੇ ਵਿਦਿਆਰਥੀਓ, ਸਭ ਤੋਂ ਪਹਿਲੇ ਮੈਂ ਪੰਜਾਬੀ ਵਿਭਾਗ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਬਹੁਤ ਹੀ ਅੱਛੇ ਵਿਸ਼ੇ ਦੇ ਉੱਤੇ ਇਹ ਸੈਮੀਨਾਰ ਔਰਗਨਾਈਜ਼ ਕੀਤਾ ਹੈ। ਪ੍ਰਵਾਸ ਦੀ ਪੇਸ਼ਕਾਰੀ ਅਤੇ ਕਾੜਕ ਗੈਰ ਪ੍ਰਵਾਸੀ ਸਿਰਜਣਾ ਦੇ ਨੁਕਤਾ ਨਿਗਾਹ ਤੋਂ ਬੜਾ ਸੋਚ ਸਮਝ ਕੇ ਇਹ ਵਿਸ਼ਾ ਪੰਜਾਬੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਜੁੜੇ। ਮੇਰੇ ਤੋਂ ਪਹਿਲੇ ਤਿੰਨ ਬੁਲਾਰੇ ਇਸ ਬਾਰੇ ਆਪਣੇ ਵਿਚਾਰ ਸਾਡੇ ਸਾਹਮਣੇ ਰੱਖ ਚੁੱਕੇ ਨੇ। ਉਹਨਾਂ ਦੇ ਵਿੱਚੋਂ ਡਾਕਟਰ ਸੁਰਜੀਤ ਸਿੰਘ ਹੋਰਾਂ ਨੇ ਕੰਸੈਪਟ ਨੋਟ ਸਾਡੇ ਨਾਲ ਸਾਂਝਾ ਕੀਤਾ ਅਤੇ ਡਾਕਟਰ ਗੁਰਬਚਨ ਹੋਰਾਂ ਨੇ ਕੀ ਨੋਟ ਐਡਰੈਸ ਸਾਡੇ ਨਾਲ ਸਾਂਝਾ ਕੀਤਾ। ਦੋਨਾਂ ਦੇ ਵਿੱਚ ਇੱਕ ਸੁਰਤਾ ਘੱਟ ਅਤੇ ਭਿੰਨਤਾ ਜ਼ਿਆਦਾ ਸੀ, ਇਸ ਕਰਕੇ ਇਹ ਬਹੁਤ ਅੱਛਾ ਇੱਕ ਸਿੰਬਲ ਹੈ ਵੀ ਕਿਸੇ ਵੀ ਸੈਮੀਨਾਰ ਦਾ ਜਦੋਂ ਉਹ ਯੂਨੀਵਰਸਿਟੀ 'ਚ ਹੋ ਰਿਹਾ ਹੋਵੇ ਉਸ ਵਿਚਾਰ ਵਟਾਂਦਰੇ ਦੇ ਵਿੱਚ ਭਿੰਨਤਾ ਹੋਣੀ ਬਹੁਤ ਜ਼ਰੂਰੀ ਹੈ। ਜੇ ਭਿੰਨਤਾ ਹੋਏਗੀ ਤਾਂ ਹੀ ਉਸ ਵਿਸ਼ੇ ਬਾਰੇ ਜਿਹੜੇ ਇਸ਼ੂਸ ਨੇ ਉਹ ਚੰਗੀ ਤਰ੍ਹਾਂ ਸਾਡੇ ਸਾਹਮਣੇ ਆਉਣਗੇ। ਜੇ ਅਸੀਂ ਇੱਕੋ ਆਵਾਜ਼ ਗੱਲ ਕਰੀਏ ਤਾਂ ਸ਼ਾਇਦ ਉਸ ਸੈਮੀਨਾਰ ਦਾ ਜਿਹੜਾ ਪਰਪਜ਼ ਹੈ ਉਹ ਪੂਰਾ ਨਹੀਂ ਹੁੰਦਾ। ਡਾਕਟਰ ਗੁਰਬਚਨ ਸਿੰਘ ਹੋਰਾਂ ਨੇ ਜਿਵੇਂ ਸ਼ਿੱਦਤ ਦੇ ਨਾਲ, ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ ਕੀਨੋਟ ਐਡਰੈਸ ਪੜ੍ਹਿਆ, ਤਹਿ ਦਿਲੋਂ ਅੰਦਰੋਂ ਬੋਲੇ, ਇੱਕ ਦੁੱਖ ਤਕਲੀਫ ਚੀਜ਼ ਜੀ ਉਹਨਾਂ ਦੇ ਭਾਸ਼ਣ ਦੇ ਵਿੱਚੋਂ ਉੱਭਰ ਕੇ ਆਈ ਹੈ। ਅਤੇ ਜਿੱਦਾਂ ਡਾਕਟਰ ਸੁਰਜੀਤ ਹੋਰਾਂ ਨੇ ਕਿਹਾ ਵੀ ਅਸੀਂ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਜੋ ਉਹਨਾਂ ਦੀ ਇੱਕ ਇਸ ਸੈਮੀਨਾਰ ਲਈ ਲੈਂਡਸਕੇਪ ਜਾਂ ਪੇਸ਼ਕਾਰੀ ਸਾਡੇ ਸਾਹਮਣੇ ਰੱਖੀ ਹੈ, ਮੇਨ ਇਸ਼ੂਜ਼ ਬਾਰੇ ਹੈ, ਉਹਨਾਂ ਨੂੰ ਅਸੀਂ ਵੱਖਰੇ ਵੱਖਰੇ ਜਿਹੜੇ ਸਾਡੇ ਟੈਕਨੀਕਲ ਸੈਸ਼ਨਸ ਨੇ ਉਹਨਾਂ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਤਿੰਨ ਕਮਿਊਨਿਟੀਜ਼ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਮੋਬਾਈਲ ਨੇ, ਤਿੰਨ ਪ੍ਰਾਂਤਾਂ 'ਚੋਂ ਸਭ ਤੋਂ ਜ਼ਿਆਦਾ ਲੋਕ ਬਾਹਰ ਗਏ। ਪਰ ਉਸ ਤੋਂ ਪਹਿਲੇ ਜਿਹੜੀ ਮਾਈਗ੍ਰੇਸ਼ਨ ਹੈ ਜਾਂ ਪ੍ਰਵਾਸ ਹੈ ਉਹ ਦੇਸ਼ ਦੇ ਵਿੱਚ ਵੀ ਉੱਦਾਂ ਦੇ ਗਿਆ ਜਿੱਦਾਂ ਵਿਦੇਸ਼ਾਂ ਦੇ ਵਿੱਚ ਹੈਗਾ। ਪਰ ਜਦੋਂ ਅਸੀਂ ਵਿਦੇਸ਼ੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤਾਂ ਪੰਜਾਬ, ਕੇਰਲਾ ਅਤੇ ਗੁਜਰਾਤ ਤਿੰਨ ਪ੍ਰਾਂਤਾਂ ਨੇ ਜਿੱਥੋਂ ਬਹੁਤ ਜ਼ਿਆਦਾ ਲੋਕ ਵੱਡੀ ਤਾਦਾਦ ਦੇ ਵਿੱਚ ਲੋਕ ਬਾਹਰ ਜਾਂਦੇ ਨੇ। ਜੇ ਪ੍ਰੋਫੈਸਰ ਸੁਰਜੀਤ ਸਿੰਘ ਅਤੇ ਡਾਕਟਰ ਸੈਣੀ ਸਾਹਿਬ ਤੋਂ ਟੀਮ ਇਸ ਗੱਲ ਦਾ ਵੀ ਥੋੜ੍ਹਾ ਜਿਹਾ ਦੋ ਤਿੰਨ ਦਿਨਾਂ 'ਚ ਸਰਚ ਕਰ ਲੈਣ ਵੀ ਬਾਕੀਆਂ ਜਿਹੜੀਆਂ ਦੋ ਕਮਿਊਨਿਟੀਜ਼ ਨੇ ਉਹਨਾਂ ਦੇ ਲੇਖ ਮੋਟਾ ਜਿਹਾ ਕੀ ਕਹਿੰਦੇ ਨੇ, ਜਿੱਦਾਂ ਪੰਜਾਬ ਦੇ ਪੰਜਾਬੀ ਦੇ ਲੇਖਕ ਕਹਿੰਦੇ ਨੇ, ਪੰਜਾਬੀ ਦੇ ਚਿੰਤਕ ਕਹਿੰਦੇ ਨੇ ਅਬਾਊਟ ਅਬਾਊਟ ਪ੍ਰਵਾਸ ਬਾਰੇ ਉਹਨਾਂ ਦਾ ਕੀ ਖਿਆਲ ਹੈ। ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਸਾਨੂੰ ਕੰਪੈਰੇਟਿਵ ਅਨਾਲਿਸਿਸ ਆ ਜਾਂਦਾ।
ਜਿੰਨਾ ਕੁ ਮੇਰਾ ਹੰਸ਼ ਹੈਗਾ ਗੁਜਰਾਤੀ ਲੇਖਕ ਸ਼ਾਇਦ ਉਨ੍ਹਾਂ ਚਿੰਤਾਗ੍ਰਸਤ ਨਹੀਂ ਹੈਗਾ, ਚਿੰਤਾ ਦਾ ਸ਼ਿਕਾਰ ਨਹੀਂ ਜਿੰਨਾ ਪੰਜਾਬ ਦਾ ਅਤੇ ਕੇਰਲਾ ਦਾ ਹੋਏਗਾ। ਜਸਟ ਏ ਹਾਈਪੋਥੀਸਿਸ, ਆਈ ਐਮ ਨੋਟ ਸ਼ੋਰ, ਮੈਂ ਤਾਂ ਕੋਈ ਕੰਮ ਨਹੀਂ ਕੀਤਾ। ਮੈਨੂੰ ਉੱਦਾਂ ਹੀ ਤਿੰਨਾਂ ਕਮਿਊਨਿਟੀ ਨਾਲ ਬਾਹਰ ਜੋ ਵਿਚਰਨ ਦਾ ਮੌਕਾ ਮਿਲਿਆ, ਕਿਉਂਕਿ ਗੁਜਰਾਤੀ ਕਮਿਊਨਿਟੀ ਜ਼ਿਆਦਾ ਮਿਡਲਿਸਟਿਕ ਹੋਣ ਕਰਕੇ ਉੱਧਰ ਥੋੜ੍ਹਾ ਜਿਹਾ ਜ਼ਿਆਦਾ ਉਹਦਾ ਝੁਕਾਅ ਹੈਗਾ। ਅਤੇ ਪੰਜਾਬੀ ਕਮਿਊਨਿਟੀ ਜਦੋਂ ਅਸੀਂ ਡਾਕਟਰ ਗੁਰਭਜਨ ਹੋਰ ਸਿੰਘ ਨੂੰ ਸੁਣਦੇ ਸੀ, ਜਾਂ ਕਹਿ ਲਓ ਵੀ ਹਰੇਕ ਮਨੁੱਖ ਦਾ ਜਿਹੜੀਆਂ ਲੋੜਾਂ ਨੇ ਉਹਨਾਂ ਦਾ ਇੱਕ ਉਹਨਾਂ ਦੀਆਂ ਇੱਕ ਸਟੇਜਸ ਹੁੰਦੀਆਂ, ਫੇਜਸ ਹੁੰਦੀਆਂ, ਜਿਹਨੇ ਮੈਸਲੋ ਨੂੰ ਹਾਇਰਾਰਕੀ ਆਫ ਨੀਡਸ ਕਿਹਾ ਵੀ ਜਦੋਂ ਤੁਹਾਡੀਆਂ ਬੇਸਿਕ ਲੋੜਾਂ ਪੂਰੀਆਂ ਹੋ ਜਾਂਦੀਆਂ ਫਿਰ ਤੁਸੀਂ ਅਗਲੇ ਪੜਾਅ ਵੱਲ ਵੱਧਦੇ ਹੋ। ਇੱਦਾਂ ਹੀ ਜਦੋਂ ਅਸੀਂ ਪ੍ਰਵਾਸੀ ਪੰਜਾਬੀਆਂ ਬਾਰੇ ਸਾਹਿਤ ਦੇ ਵਿੱਚ ਗੱਲ ਕਰਦੇ ਹਾਂ ਤਾਂ ਪਹਿਲਾਂ ਮਟੀਰੀਅਲ ਲਾਈਫ ਦੀ ਗੱਲ ਕਰਦੇ ਹਾਂ। ਜੋ ਅੱਜ ਡਾਕਟਰ ਗੁਰਬਚਨ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ ਉਹ ਮਟੀਰੀਅਲ ਲਾਈਫ ਤੋਂ ਬਿਓਂਡ ਹੈ, ਮਟੀਰੀਅਲ ਲਾਈਫ ਤੋਂ ਬਿਓਂਡ ਜਿਹੜੀ ਲਾਈਫ ਹੈ ਉਹਦੇ ਵਿੱਚ ਪੰਜਾਬੀ ਅੱਜ ਕਿਸ ਤਰ੍ਹਾਂ ਫਸਿਆ ਹੋਇਆ, ਕਿੱਦਾਂ ਆਪਣੇ ਰੂਟਸ ਵੱਲ ਜਾ ਰਿਹਾ, ਅਤੇ ਕਿੱਦਾਂ ਇੱਕ ਉੱਥੋਂ ਦਾ ਜੰਮਪਲ ਬੱਚਾ ਆਪਣੇ ਬਾਪ ਨੂੰ ਪੁੱਛ ਰਿਹਾ ਵੀ ਤੂੰ ਮੇਰੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਤਲ ਕੀਤਾ ਹੈਗਾ। ਉਹ ਹੈ ਜਦੋਂ ਉਹਦੀਆਂ ਮਟੀਰੀਅਲ ਲਾਈਫਸ ਪੂਰੀਆਂ ਹੋ ਜਾਣ ਅਤੇ ਅਗਲੀ ਬਰਾਬਰ ਜਾ ਰਿਹਾ। ਇਸੇ ਕਰਕੇ ਸਾਡੇ ਕੋਲ ਜਦੋਂ ਵਿਦਿਆਰਥੀ ਬਾਹਰੋਂ ਆਉਂਦੇ ਨੇ ਇਨ ਸਰਚ ਆਫ ਦੇ ਰੂਟਸ, ਉਹ ਇੱਥੇ ਆ ਕੇ ਬੜੇ ਉਤਾਵਲੇ ਹੁੰਦੇ ਆ ਪੰਜਾਬੀ ਸਾਹਿਤ ਬਾਰੇ, ਪੰਜਾਬੀ ਸੱਭਿਆਚਾਰ ਬਾਰੇ, ਪੰਜਾਬੀ ਕਲਾ ਬਾਰੇ, ਜੋ ਕਿ ਉੱਥੇ ਉਹਨਾਂ ਨੂੰ ਉਸ ਤੋਂ ਦੂਰ ਰੱਖਿਆ ਗਿਆ ਜਾਂ ਉੱਥੇ ਉਹਨੂੰ ਉਹ ਚੀਜ਼ਾਂ ਉੱਥੇ ਉਹਨਾਂ ਨੂੰ ਮਿਲਦੀਆਂ ਨਹੀਂ। ਇਸੇ ਕਰਕੇ ਆ ਕੇ ਇੱਥੇ ਉਹ ਸਾਡੇ ਨਾਲ ਆਪਣਾ ਦਿਲ ਸਾਂਝਾ ਕਰਦੇ ਨੇ। ਇਸ ਸੈਮੀਨਾਰ ਤੋਂ ਪਹਿਲੇ ਆਪਾਂ ਇੱਕ ਸੈਮੀਨਾਰ ਹੋਰ ਕੀਤਾ ਸੀ, ਕੌਨਫਰੰਸ ਕੀਤੀ ਸੀ, ਜਿਹਦੇ ਵਿੱਚ ਦੇਖਿਆ ਗਿਆ ਸੀ ਵੀ ਪ੍ਰਵਾਸੀ ਪੰਜਾਬੀਆਂ ਬਾਰੇ ਪ੍ਰਵਾਸੀ ਲੇਖਕ ਕੀ ਕਹਿੰਦੇ ਨੇ, ਜੋ ਲੇਖਕ ਵੀ ਪ੍ਰਵਾਸੀ ਨੇ ਅਤੇ ਪੰਜਾਬੀ ਪ੍ਰਵਾਸੀਆਂ ਬਾਰੇ ਲਿਖਦੇ ਨੇ, ਆਪਣੀ ਹੱਡ ਬੀਤੀ ਉਹਨਾਂ ਨੇ ਐਸੇ ਹਾਲ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਸੀ। ਉਹਨਾਂ ਨੇ ਕਿੱਦਾਂ ਵੀ ਕਿੱਦਾਂ ਇੱਥੋਂ ਗਏ ਅਤੇ ਕਿੱਦਾਂ ਦੀ ਜ਼ਿੰਦਗੀ ਉੱਥੇ ਵਿਚਰ ਰਹੇ ਆ, ਉਹ ਜਿਹੜਾ ਪੁਆਇੰਟ ਆਫ ਵਿਊ ਸੀ ਉਹ ਬਹੁਤ ਹੱਦ ਤੱਕ ਜੋ ਅੱਜ ਡਾਕਟਰ ਗੁਰਬਚਨ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ ਉਹਦੇ ਨਾਲ ਮਿਲਦਾ ਜੁਲਦਾ ਸੀ। ਪਰ ਅੱਜ ਦਾ ਜਿਹੜਾ ਸੈਮੀਨਾਰ ਦਾ ਵਿਸ਼ਾ ਹੈ ਉਹ ਵੀ ਬੰਦਾ ਖੁਦ ਪ੍ਰਵਾਸੀ ਨੇ ਪਰ ਉਸ ਬਾਰੇ ਲਿਖਦਾ, ਉਸ ਬਾਰੇ ਗੱਲਬਾਤ ਕਰਦਾ। ਇਸਨੂੰ ਜੇ ਅਸੀਂ ਇਸ ਢੰਗ ਨਾਲ ਕਹਿ ਲਈਏ ਵੀ ਜਿਹੜਾ ਪਹਿਲਾ ਲੇਖਕ ਹੈ ਉਹਦੇ ਵਿੱਚ ਥੋੜ੍ਹੀ ਸਬਜੈਕਟਿਵਿਟੀ ਹੈ, ਕਿਉਂਕਿ ਉਹਦੇ ਨਾਲ ਹੱਡ ਬੀਤੀ ਹੈ, ਉਹ ਥੋੜ੍ਹਾ ਕਾਣਾ ਜਿਹੜਾ ਮਟੀਰੀਅਲ ਹੈ ਉਹ ਆਪਣੀ ਹੱਡ ਬੀਤੀ ਨਾਲ ਸਬਜੈਕਟਿਵਿਟੀ ਦਾ ਵੀ ਪਾਰਟ ਹੈ। ਪਰ ਜਦੋਂ ਡਾਕਟਰ ਗੁਰਬਚਨ ਜਾਂ ਕਿਸੇ ਹੋਰ ਦੀ ਗੱਲ ਕਰਦੇ ਹਾਂ ਤਾਂ ਓਬਜੈਕਟਿਵਿਟੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਕਿਉਂਕਿ ਉਹਦੇ ਨਾਲ ਹੱਡ ਬੀਤੀ ਨਹੀਂ। ਪਰ ਬਾਕੀਆਂ ਨਾਲ ਬੀਤ ਰਹੀ ਜਿਹੜੀ ਕਹਾਣੀ ਹੈ ਉਹਨੂੰ ਸਾਡੇ ਨਾਲ ਸਾਂਝਾ ਕਰਦਾ, ਪਰ ਜਿਹੜੀ ਰਿਐਲਿਟੀ ਹੈਗੀ ਹੈ ਉਹ ਦੋਨਾਂ ਦਾ ਮਿਕਸ ਹੈਗੀ ਹੈ। ਰਿਐਲਿਟੀ ਹੱਡ ਬੀਤੀ ਵੀ ਹੈਗੀ ਹੈ, ਰਿਐਲਿਟੀ ਹੱਡ ਬੀਤੀ ਨੂੰ ਦੂਰੋਂ ਦੇਖ ਕੇ ਸਾਡੇ ਨਾਲ ਸਾਂਝਾ ਕਰਨਾ, ਦੋਨਾਂ ਦੇ ਵਿੱਚ ਕਿਤੇ ਜਿਹੜੀ ਹੈਗੀ ਹੈ ਰਿਐਲਿਟੀ ਜਿਹੜੀ ਹੈਗੀ ਹੈ ਉਹ ਦੋਨਾਂ ਦੇ ਪਲੱਸ ਦੇ ਵਿੱਚ ਹੈ, ਦੋਨੇ ਇਕੱਠੀਆਂ ਹੋ ਕੇ ਰਿਐਲਿਟੀ ਨੂੰ ਚੰਗੀ ਤਰ੍ਹਾਂ ਪੋਰਟਰੇ ਕਰਦੀਆਂ ਨੇ। ਜਦੋਂ ਮੈਂ ਕੰਸੈਪਟ ਨੋਟ ਪੜ੍ਹ ਰਿਹਾ ਸੀ